ਸੋ ਹੈ ਗਾਈਸ, ਕੀ ਹਾਲ ਚਾਲ, ਸਭ ਤੋਂ ਵੱਡੇ ਸਾਰੇ ਵਧੀਆ ਹੋਣਗੇ। ਫਿਜ਼ੀਕ ਹਾਈ ਫਾਈਵ ਈਪੀ, ਹਰਸਿਮਰਨ ਚਾਹਲ, ਚੈੱਕ ਇਟ। ਮਿਊਜ਼ਿਕ ਪੀ ਆਰ ਪੀ ਪ੍ਰੀਤ ਰਮਾਣਾ ਬਾਈ, ਐਡੀਟਿੰਗ ਡੀ ਆਈ ਭੱਲਰ, ਐਡੀਟਿੰਗ ਸਟੂਡੀਓ ਡੀ ਓ ਪੀ ਰਾਣਾ ਜੀ, ਬੋਬੀ ਡਾਇਰੈਕਟਰ ਹਰਸਿਮਰਨ ਚਾਹਲ, ਜਪਤੇਸ਼ ਸੱਧੂ ਰਾਣਾ ਜੀ। ਠੀਕ ਹੈ ਜੀ, ਗਾਉਣ ਵਾਲਾ ਬਾਈ ਅਤੇ ਵੀਡੀਓ ਵਾਲਾ ਬਾਈ ਆਲਮੋਸਟ ਇੱਕੋ ਹੀ ਹੈ। ਸਟਾਰਟ ਕਾਰਟੇਜ ਮਿਊਜ਼ਿਕ, ਕਾਰਟੇਜ ਮਿਊਜ਼ਿਕ, ਓਕੇ। ਯਾਰ ਇੱਕ ਗੱਲ ਦੇਖੀ, ਬਾਈ ਦੀ ਨਾ ਵੋਕਲ ਦੇਖ ਮੈਨੂੰ ਲੱਗਿਆ ਸੀਗਾ ਲਾਈਕ ਕਿ ਮੋਰ ਬਾਈ ਦੀ ਲੁੱਕ ਥੋੜ੍ਹੀ ਉੱਧਰ ਦੀ ਹੈ ਨਾ, ਦਿੱਲੀ ਟੱਚ ਹੋ ਗਈ ਜਾਂ ਉੱਧਰਲਾ ਸਿਸਟਮ ਆ, ਠੀਕ ਹੈ ਥੋੜ੍ਹਾ ਜਿਹਾ। ਅਤੇ ਆਈ ਡੋਂਟ ਨੋ ਬਾਈ ਹੈਗਾ ਕਿੱਥੋਂ, ਆ ਪੰਜਾਬ ਤੋਂ ਆ ਜਾਂ ਉੱਧਰ ਹੀ ਸਿਸਟਮ ਆ, ਠੀਕ ਹੈ। ਮੈਨੂੰ ਤਾਂ ਯਾਰ ਦੋਸਤ ਨੇ ਸ਼ੇਅਰ ਕੀਤਾ ਸੀਗਾ ਕਿ ਗਾਣਾ ਬਾਈ ਦਾ ਵਧੀਆ, ਤਾਂ ਉਸ ਤਰੀਕੇ ਨਾਲ ਮਤਲਬ ਇੱਕ ਚੀਜ਼ ਆ ਕਿ ਵੋਕਲ ਕਿੰਨੀ ਹੈਵੀ ਨੋਟ 'ਤੇ ਨਿਕਲੀ ਨਾ ਇੱਕਦਮ। ਅੱਖ ਲਾਲੇ ਉੱਤੇ ਐਵੇਂ ਅੱਖ ਬਹੁਤ ਰੱਖਦੇ ਨੀ, ਸਮਝ ਨਾ ਆਵੇ ਐਵੇਂ ਬੁਰੇ ਕਿਉਂ ਨੀ ਲੱਗਦੇ। ਸੱਚ ਦੱਸਾਂ ਸਾਡਾ ਕੰਮ ਕਦੇ ਵੀ ਨੀ ਖੜਦਾ ਨੀ, ਸਮਝ ਨਾ ਆਵੇ ਐਵੇਂ ਜੱਗ ਤਾਂ ਤੋਂ ਚੜਦਾ। ਤੁਹਾਡੇ ਮੇਰੇ ਵਰਗਾ ਜਿਹਦੇ ਯਾਰ ਦੋਸਤ ਘੈਂਟ ਨੇ ਤੇ ਥੋੜਾ ਬਹੁਤਾ ਹੀ ਇਜ਼ ਗੁੱਡ ਫਰੋਮ ਦ ਲਾਈਕ ਬੈਕਗਰਾਊਂਡ, ਇੱਦਾਂ ਕਹਿ ਸਕਦੇ ਵਧੀਆ ਫੈਮਿਲੀ ਤੋਂ ਆ, ਤੇ ਉਹ ਕਿਤੇ ਨਾ ਕਿਤੇ ਆਪਣੇ ਸ਼ੌਂਕ ਪੂਰ ਰਹੇ ਨੇ, ਤੇ ਉਹ ਉਹ ਬੰਦਾ ਥੋੜਾ ਜਿਹਾ ਜਦੋਂ ਹਲਕੀ ਜਿਹੀ ਫਲੈਕਸ ਕਰਦਾ ਨਾ ਉਦਾਂ ਦੀ ਗੱਲਬਾਤ। ਇੱਕ ਬਾਈ ਇੰਡੀਆ ਰਹਿੰਦਾ, ਇੱਕ ਬਾਈ ਕੈਨੇਡਾ ਰਹਿੰਦਾ ਹੈ। ਬੈਠੇ ਆ ਤੁਹਾਨੂੰ ਸੈੱਟ ਕਰਨ ਅਗਰ ਬਾਈ ਦਾ ਆਪਾਂ ਸੈਕਿੰਡ ਗਾਣਾ ਰਿਐਕਟ ਕਰ ਰਹੇ ਹੈ, ਸੈਕਿੰਡ ਹੋਮ ਵੀ ਪਹਿਲਾਂ ਕੀਤਾ ਸੀ ਹੈ। ਨਾਈਸ ਯਾਰ, ਵਧੀਆ ਕੰਮ ਆ, ਠੀਕ ਹੈ। ਮਤਲਬ ਮੈਂ ਇੱਕ ਗੱਲ ਕਹੂੰਗਾ ਕਿ ਵੋਕਲ ਨਾਈਸ ਆ,
ਵੀਡੀਓ ਵੀ ਠੀਕ ਸੀਗੀ। ਚਲੋ ਵੀਡੀਓ ਤਾਂ ਆਪਾਂ ਕਹਿ ਸਕਦੇ ਹੋ ਸੈਲਫ ਮੇਡ ਵੀਡੀਓ ਹੈ ਨਾ, ਠੀਕ ਹੈ। ਉਹਦੇ 'ਚ ਆਪਾਂ ਚਲੋ ਇਹ ਨਹੀਂ ਕਹਿ ਸਕਦੇ ਕਿ ਬਹੁਤ ਤਕੜਾ ਬਜਟ ਲਾਇਆ ਜਾਂ ਕੁਛ ਆ, ਯਾਰੀ ਦੋਸਤੀ 'ਚ ਬਣਾਈ ਹੋਈ ਵੀਡੀਓ ਆ, ਠੀਕ ਹੈ, ਵਧੀਆ ਕੰਮ ਆ। ਜੋ ਇਸ ਗਾਣੇ ਦੇ ਵਿੱਚ ਐਕਚੁਅਲ 'ਚ ਵਧੀਆ ਲੱਗੀ ਨਾ ਉਹ ਸੀਗੀ ਉਹਦੇ ਆਪਣੇ ਇੱਕ ਤਾਂ ਲਿਰਿਕਸ, ਠੀਕ ਹੈ, ਤਾਂ ਇੱਕ ਬਾਈ ਹੋਰ ਉਹਦੀ ਵੋਕਲ, ਮਿਊਜ਼ਿਕ ਮਿਊਜ਼ਿਕ ਆਪਣੀ ਜਗ੍ਹਾ 'ਤੇ ਬਿਲਕੁਲ ਸੀਗਾ, ਸਹੀ ਵਰਕ ਕਰ ਰਿਹਾ ਸੀਗਾ। ਇਹ ਤੋਂ ਇਲਾਵਾ ਮੇਰੇ ਹਿਸਾਬ ਨਾਲ ਨਹੀਂ ਕੋਈ ਹੋਰ ਮਿਊਜ਼ਿਕ ਵਾਕਈ ਇਹਨੂੰ ਆਪਾਂ ਕਹਿ ਸਕਦੇ ਕਿ ਕੋਈ ਬਹੁਤ ਵਧੀਆ ਤਰੀਕੇ ਨਾਲ ਕੰਪੋਜੀਸ਼ਨ ਚੇਂਜ ਕਰਨੀ ਵੀ, ਸਭ ਕੁਝ ਚੇਂਜ ਕਰਨਾ ਪੈਣਾ ਸੀ, ਫਿਰ ਚਾਹੇ ਹੋਰ ਤਰੀਕੇ ਦਾ ਮਿਊਜ਼ਿਕ ਬਣਦਾ। ਮਿਊਜ਼ਿਕ ਨਾਈਸ ਸੀਗਾ, ਠੀਕ ਹੈ, ਵਧੀਆ ਹੈਵੀ ਸੀਗਾ, ਅਤੇ ਥੋੜ੍ਹਾ ਜਿਹਾ ਹੋਰ ਹੈਵੀ ਹੋ ਸਕਦੀ ਸੀ, ਕਿੱਕ ਵਗੈਰਾ ਥੋੜ੍ਹਾ ਜਿਹਾ ਸਿਸਟਮ ਬੇਸ ਲਾਈਨ ਥੋੜ੍ਹੀ ਹੋਰ ਹੈਵੀ ਹੋ ਸਕਦੀ, ਜਾਂ ਹੈਡਫੋਨ ਕਰਕੇ ਥੋੜ੍ਹੀ ਦਿੱਕਤ ਹੋ ਵੀ ਹੋ ਸਕਦਾ, ਨਾ ਉਹਨੇ ਸਹੀ ਤਰੀਕੇ। ਕਈ ਵਾਰ ਕੋਈ ਬਹੁਤ ਲੋ ਫ੍ਰੀਕੁਐਂਸੀ ਵਾਲੀ ਬੇਸਾਂ ਹੁੰਦੀਆਂ ਨੇ ਜਿਹੜੀਆਂ ਗੱਡੀ ਦੇ ਵੂਫਰਾਂ 'ਚ ਪਤਾ ਲੱਗਦੀਆਂ, ਬਟ ਹੈਡਫੋਨਸ ਨਹੀਂ ਪਤਾ ਲੱਗਦੀਆਂ। ਅਤੇ ਜੇ ਆਪਾਂ ਹੁਣ ਗੱਲ ਕਰੀਏ ਆਪਣਾ ਵੋਕਲ ਦੀ, ਵੋਕਲ 'ਚ ਸੀਗੀਆਂ, ਠੀਕ ਹੈ, ਜਿਹੜਾ ਆਪਣਾ ਬਾਈ ਸੀ ਨਾ ਕਟਿੰਗ ਵਾਲਾ ਬਾਈ ਸੀਗਾ, ਠੀਕ ਹੈ, ਅਤੇ ਵਿਸ਼ਵ ਆਈ ਥਿੰਕ ਬਾਈ ਦਾ ਨਾਮ ਸੀਗਾ ਸ਼ਾਇਦ, ਜਿਹੜਾ ਦੂਜਾ ਬਾਈ ਸੀਗਾ, ਹਾਂ, ਉਹ ਬਾਈ ਦੇ ਥੋੜ੍ਹਾ ਜਿਹਾ ਉਹਦੇ 'ਚ ਪਤਾ ਕੀ ਸੀਨ ਸੀਗਾ, ਥੋੜ੍ਹਾ ਜਿਹਾ ਬਾਈ ਹੋਰ ਅਟਰੈਕਟਿਵ ਕਰ ਸਕਦੀ ਵਰਸ ਨੂੰ, ਲਾਈਕ ਥੋੜ੍ਹਾ ਸਿੱਧਾ ਸਿੱਧਾ ਜਿਹਾ ਗਾ ਗਿਆ, ਪਰ ਹਰਸਿਮਰਨ ਬਾਈ ਦੀ ਵੋਕਲ ਕਾਫੀ ਘੈਂਟ ਲੱਗੀ, ਮਤਲਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਫਲੋ ਜਿਹਾ ਰੱਖਿਆ। ਲਾਈਕ ਮੈਂ ਕਿਸੇ ਤਰੀਕੇ ਨਾਲ ਵਿਸ਼ਵ ਬਾਈ ਨੂੰ ਮਾੜਾ ਨਹੀਂ ਕਿਹਾ, ਬਸ ਇੰਨੀ ਗੱਲ ਕਿ ਥੋੜ੍ਹਾ ਜਿਹਾ ਹੋਰ ਫਲੋ ਵਧੀਆ ਤਰੀਕੇ ਨਾਲ ਦੇ ਸਕਦੇ ਸੀ, ਦੈਟਸ ਇਟ। ਬਾਕੀ ਘੈਂਟ ਗੱਲ, ਸਤਿ ਸ਼੍ਰੀ ਅਕਾਲ।